ਬਿਲਕੁਲ, ਇਹਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਬਹੁਤ ਸਾਲਾਂ ਤੋਂ, ਜਿੱਥੇ ਕਾਂਗਰਸ ਨੇ, ਤੁਸੀਂ ਦੇਖੋ ਅੱਜ 40 ਸਾਲ ਬਾਅਦ ਵੀ ਸਾਨੂੰ ਪੂਰਾ ਇਨਸਾਫ ਨਹੀਂ ਮਿਲਿਆ। ਜਿਹੜੇ ਸਿੱਖ ਨਸਲ ਕੁਸ਼ੀ ਦੇ ਦੋਸ਼ੀ ਸੀਗੇ, ਪ੍ਰਧਾਨ ਮੰਤਰੀ ਨੇ ਆਪ ਇਹ ਨਸਲ ਕੁਸ਼ੀ 84 'ਚ ਕਰਾਈ ਅਤੇ ਸਟੇਜ 'ਚ ਖੜ ਕੇ ਕਿਹਾ ਜਦ ਵੱਡਾ ਦਰਖਤ ਗਿਰਦਾ ਹੈ ਤਾਂ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ। ਇੱਕ ਤਰੀਕੇ ਦੇ ਨਾਲ ਲੋਕਾਂ ਨੂੰ ਉਕਸਾਇਆ। ਅਤੇ ਜਿਹੜੇ ਰਾਜੀਵ ਗਾਂਧੀ ਦੇ ਸਾਰੇ ਸਭ ਤੋਂ ਨਜ਼ਦੀਕੀ ਸੀਗੇ, ਆ ਜਗਦੀਸ਼ ਟਾਈਟਲ, ਸੱਜਣ ਕੁਮਾਰ, ਐਚ ਕੇ ਐਲ ਭਗਤ, ਕਮਲਨਾਥ, ਇਹ ਸਾਰਿਆਂ ਨੇ ਰਲ ਕੇ, ਮੈਂ ਤਾਂ ਆਪ ਹੰਡਾਇਆ ਕਿਉਂਕਿ ਮੈਂ ਆਪ ਉਸ ਟਾਈਮ ਦਿੱਲੀ 'ਚ ਹੀ ਸੀਗੀ, ਸਾਡਾ ਜੰਪਲ ਉੱਥੇ ਦਾ ਹੀ ਹੈਗਾ, ਤਾਂ ਸਾਰਾ ਕੁਝ ਕੈਂਪਾਂ 'ਚ ਕੰਮ ਕਰਕੇ ਦੇਖਿਆ ਕਿਵੇਂ ਔਰਤਾਂ ਦੇ ਨਾਲ ਕਿਸ ਤਰ੍ਹਾਂ ਦਾ ਸਲੂਕ ਕੀਤਾ ਗਿਆ, ਸਾਡੇ ਭਰਾਵਾਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਗਲਾਂ 'ਤੇ ਟਾਇਰਾ ਪਾ ਕੇ ਸੜਾਇਆ ਗਿਆ। ਅਤੇ ਇਸ ਕਾਂਗਰਸ ਪਾਰਟੀ ਨੇ ਉਹ ਸਾਰੇ ਨਸ਼ਲ ਕੁਸ਼ੀ ਨੂੰ ਦਬਾਉਣ ਵਾਸਤੇ 10 ਜਿਹੜੀ ਕਮੇਟੀਆਂ ਬਣੀਆਂ, ਸਾਰਿਆਂ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ। ਅਤੇ 12ਵੀਂ ਕਮੇਟੀ ਜਿਹੜੀ ਵਾਜਪਾਈ ਸਾਹਿਬ ਨੇ ਬਣਾਈ ਮਾੜਾ ਮੋਟਾ, ਉਹਦੇ ਸਹਾਰੇ ਅਸੀਂ ਅੱਜ ਤਾਈਂ ਲੜਾਈ ਲੜਦੇ ਆਏ। ਅਤੇ ਆਹ ਜਿਹਦੀ ਜਗਦੀਸ਼ ਟਾਈਟਲ ਦੀ ਖੁਦ ਹੀ ਰਿਕਾਰਡਿੰਗ ਹੈ ਕਿ 100 ਸਿੱਖ ਤੋਂ ਮੈਨੇ ਮਰਵਾਏ, ਉਹ ਰਿਕਾਰਡਿੰਗ ਦੇ ਬਾਵਜੂਦ ਇੰਨਾ ਸਮਾਂ ਲੱਗ ਗਿਆ, ਇਹਨੂੰ ਅੱਜ ਕੋਰਟ ਨੇ ਜਿਹੜਾ ਵੀ ਇਹਨੂੰ ਫੈਸਲਾ ਸੁਣਾਇਆ, ਭਾਵੇਂ ਆਹ ਹੋਏ ਭਾਵੇਂ ਸੱਜਣ ਕੁਮਾਰ ਹੋਏ, ਇਹਨਾਂ ਨੂੰ ਤਾਂ ਕਈ ਸਾਲ ਪਹਿਲੇ ਫਾਂਸੀ ਲੱਗ ਜਾਣੀ ਚਾਹੀਦੀ ਸੀ। ਲੇਕਿਨ ਆਹ ਦੇਰ ਆਏ ਦਰੁਸਤ ਆਏ, ਮਾਲਿਕ ਕਿਰਪਾ ਕਰਨ, ਬਾਕੀ ਵੀ ਜਿੰਨੇ ਦੋਸ਼ੀ ਬਾਹਰ ਫਿਰ ਰਹੇ ਨੇ, ਇਹੋ ਜਿਹੀ ਚੀਜ਼ਾਂ ਜੇ 84 'ਚ ਜੇ ਸਜ਼ਾ ਲੱਗ ਜਾਂਦੀ ਤਾਂ ਸ਼ਾਇਦ 2002 ਦੀ ਨਸਲ ਕੁਸ਼ੀ ਜਿਹੜੀ ਹੋਈ ਸੀ ਗੁਜਰਾਤ 'ਚ, ਸ਼ਾਇਦ ਉਹ ਨਹੀਂ ਹੁੰਦੀ। ਅਤੇ ਇਸ ਕਰਕੇ ਇਹ ਸਰਕਾਰਾਂ ਜਿਹੜੀ ਆਪਣਿਆਂ ਨੂੰ ਮਾਰਨ 'ਤੇ ਆ ਜਾਂਦੀਆਂ ਨੇ ਅਤੇ ਫਿਰ ਉਹਨਾਂ ਨੂੰ ਸ਼ਹਿ ਦਿੰਦੀਆਂ, ਅਤੇ ਮੈਂ ਅਦਾਲਤ ਦਾ ਸ਼ੁਕਰਾਨਾ ਕਰਦੀ ਹਾਂ ਕਿ ਅੱਜ ਇੰਨੇ ਵੱਡੇ ਦੋਸ਼ੀ ਨੂੰ ਆਪਣੇ ਕੀਤੇ ਦੀ ਸਜ਼ਾ ਮਿਲ ਰਹੀ ਹੈ। ਅਤੇ ਜਿਹੜੇ ਕਾਂਗਰਸ ਪਾਰਟੀ ਨੇ ਇਹਨੂੰ ਮੰਤਰੀ ਬਣਾਇਆ, ਵੱਡੇ ਵੱਡੇ ਅਹੁਦਿਆਂ ਨਾਲ ਇਹਨੂੰ ਨਵਾਜਿਆ, ਅੱਜ ਉਹਨਾਂ ਨੂੰ ਵੀ ਮਾਫੀ ਮੰਗਣੀ ਚਾਹੀਦੀ ਹੈ, ਭਾਵੇਂ ਰਾਹੁਲ ਗਾਂਧੀ ਹੋਏ ਭਾਵੇਂ ਸੋਨੀਆ ਗਾਂਧੀ। ਮੈਡਮ, ਕਿਸਾਨਾਂ ਦੇ ਜਿਹੜੇ ਸੰਭੂ ਬਾਰਡਰ ਦੇ ਉੱਤੇ 2 ਸਾਲ ਪੂਰੇ ਹੈਗੇ ਆ, ਹਜੇ ਤੱਕ ਵੀ ਕਿਸਾਨਾਂ ਦੀ ਕੋਈ ਸੁਣਵਾਈ ਨਹੀਂ। ਦੇਖੋ, ਇਹ ਭਾਜਪਾ ਦੀ ਸਰਕਾਰ ਕਿਸਾਨ ਵਿਰੋਧੀ ਹੈ, ਇਹ ਪੰਜਾਬ ਵਿਰੋਧੀ ਹੈ, ਇਹ ਸਿੱਖ ਵਿਰੋਧੀ ਸਰਕਾਰ ਹੈ। ਅਤੇ ਜਿਸ ਤਰੀਕੇ ਦੇ ਨਾਲ ਸਾਡੇ ਕਿਸਾਨਾਂ ਨੇ ਲੜਾਈ ਲੜੀ ਉਸ ਬਾਰਡਰ 'ਚ ਬੈਠ ਕੇ, ਜਾਂ ਦਿੱਲੀ ਦੀ ਬਰੂਹਾਂ 'ਚ ਬੈਠੇ 700 ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ, ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਕਵੇ ਕਿ ਮੈਂ ਵਾਅਦਾ ਕਰਦਾ ਕਿ ਕਾਨੂੰਨ ਵੀ ਵਾਪਸ ਲੈਂਦਾ ਤਾਂ ਤੁਹਾਡੀ ਮੰਗਾਂ ਵੀ ਮੈਂ ਪੂਰੀ ਕਰਾਂਗਾ, ਅਤੇ 4 ਸਾਲ 3 ਸਾਲ ਨਿਕਲ ਜਾਣ, ਜੇ ਪ੍ਰਧਾਨ ਮੰਤਰੀ ਦੀ ਜ਼ਬਾਨ ਦੀ ਕੋਈ ਕੀਮਤ ਨਹੀਂ ਤਾਂ ਫਿਰ ਦੇਸ਼ ਵਾਸੀ ਕਿੱਥੇ ਜਾਣ। ਜਿਹਦੇ ਕਰਕੇ ਕਿਸਾਨਾਂ ਨੂੰ ਇੱਕ ਵਾਰ ਫਿਰ ਅੰਦੋਲਨ 'ਚ ਉਤਰਨਾ ਪਿਆ, ਅਤੇ ਅੱਜ ਤਾਈਂ ਬਾਰਡਰਾਂ 'ਚ ਬੈਠੇ। ਅਤੇ ਸ਼ਰਮ ਆਉਂਦੀ ਹੈ ਕਿ ਭਾਜਪਾ ਪਾਰਟੀ ਦੀ MP ਆਪਣੇ ਕਿਸਾਨਾਂ ਬਾਰੇ, ਉੱਥੇ ਬੈਠੀ ਮਾਤਾਵਾਂ ਬਾਰੇ ਇੰਨੀ ਮਾੜੀ ਚੀਜ਼ਾਂ ਕਹਿ ਕੇ ਅੱਜ ਅੱਗ ਲਾਉਣ ਦਾ ਕੰਮ ਕਰਦੀ ਹੈ, ਅਤੇ ਉਹਦੀ ਪਾਰਟੀ ਉਹਨੂੰ ਖਿੱਚਣ ਤੋਂ ਬਜਾਏ, ਉਹਨੂੰ ਡਾਂਟ ਕੇ ਉਹਨੂੰ ਸਸਪੈਂਡ ਕਰਨ ਤੋਂ ਬਜਾਏ ਉਹਨੂੰ ਸ਼ਹਿ ਦੇਈ ਜਾ ਰਹੀ ਹੈ। ਜਥੇਦਾਰਾਂ ਨੇ ਜਿਹੜਾ ਫੈਸਲਾ ਸੁਣਾਇਆ ਗਿਆ, ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸੁਖਬੀਰ ਸਿੰਘ ਬਾਦਲ ਕਦੋਂ ਪਹੁੰਚ ਰਹੇ ਹੈ? ਦੇਖੋ, ਅਕਾਲ ਤਖਤ ਸਾਹਿਬ ਮਹਾਨ ਨੇ ਜੀ, ਸਿੱਖ ਪੰਥ ਦੀ ਸ਼ਾਨ ਨੇ, ਅਤੇ ਹਰੇਕ ਸਿੱਖ ਉਸ ਥਾਂ 'ਚ ਜਾ ਕੇ ਆਪਣਾ ਸਿਰ ਨਿਵਾਉਂਦਾ। ਜੋ ਅਕਾਲ ਤਖਤ ਸਾਹਿਬ ਮਾਲਿਕ ਦਾ ਹੁਕਮ ਹੋਏ, ਸਾਰੀ ਭੁੱਲਾਂ 'ਚ ਸੁਖਬੀਰ ਜੀ ਨੇ ਸਾਰੀਆਂ ਆਪਦੀ ਝੋਲੀ 'ਚ, ਭਾਵੇਂ ਮੁੱਖ ਮੰਤਰੀ ਨਹੀਂ ਸੀਗੇ ਲੇਕਿਨ ਨਿਮਾਣਾ ਸਿੱਖ ਬਣ ਕੇ, ਸਾਰੀ ਭੁੱਲਾਂ ਆਪਦੀ ਝੋਲੀਆਂ 'ਚ ਉਹ ਪਵਾ ਕੇ ਨਿਮਾਣੇ ਸਿੱਖ ਬਣ ਕੇ ਉੱਥੇ ਹਾਜ਼ਰ ਹੋਣਗੇ। ਜੋ ਅਕਾਲ ਤਖਤ ਸਾਹਿਬ ਜਿੱਥੇ ਮੀਰੀ ਪੀਰੀ ਮਾਲਿਕ ਆਪ ਹਾਜ਼ਰ ਨਾਜ਼ਰ ਨੇ, ਜੋ ਸਜ਼ਾ ਲਾਣ ਖਿੜੇ ਮੱਥੇ ਸਿਰ ਮੱਥੇ। ਕਦੋਂ ਸੁਣਾਉਣਾ ਜਾਣਗੇ? ਬਹੁਤ ਜਲਦ। ਚਲੋ ਜੀ, ਧੰਨਵਾਦ।